ਫਰਿੱਜ ਅਤੇ ਇੱਕ ਐਲਸੀਡੀ ਲੈਣੀ ਹੈ। ਮੈਨੂੰ ਵਧੀਆ ਅਤੇ ਸਹੀ ਰੇਟ ਦਾ ਸਮਾਨ ਦਿਖਾਓ। ਕਿਉਂ ਨਹੀਂ, ਸਭ ਤੋਂ ਪਹਿਲਾਂ ਤੁਸੀਂ ਫਰਿੱਜ ਵੇਖੋ, ਆਓ ਇਹਨਾਂ ਵਿੱਚੋਂ ਕਰੋ ਪਸੰਦ। ਮੈਨੂੰ ਤਾਂ ਇਹ ਗ੍ਰੇ ਰੰਗ ਦਾ ਫਰਿੱਜ ਬਹੁਤ ਪਸੰਦ ਹੈ, ਕੀ ਰੇਟ ਹੈ ਇਸਦਾ? ਤੁਸੀਂ ਪਸੰਦ ਕਰੋ ਜੀ, ਰੇਟ ਤਾਂ ਲਗਾ ਦਿੰਦੇ ਹਾਂ। ਹੁਣ ਇੱਕ ਐਲਸੀਡੀ ਵੀ ਦਿਖਾ ਦਿਓ। ਉਹ ਰੱਖੇ ਜੀ ਸਾਹਮਣੇ ਐਲਸੀਡੀ, ਤੁਸੀਂ ਉਹਨਾਂ 'ਚੋਂ ਦੇਖ ਕੇ ਪਸੰਦ ਕਰੋ। ਪੰਦਰਾਂ
ਲਈ ਅੰਕ 8 ਵਿੱਚੋਂ 1 ਘਟਾਉਣ ਤੇ ਸਾਡੇ ਕੋਲ ਬਚਿਆ ਅੰਕ 7 ਬੱਚਿਓ ਹੁਣ ਤੁਸੀਂ 15 ਵਿੱਚੋਂ 6 ਘਟਾਓ ਸਰ ਜੀ 15 ਵਿੱਚੋਂ 6 ਘਟਾਉਣ ਤੇ 9 ਆਵੇਗਾ ਬਿਲਕੁਲ ਬੇਟਾ ਸ਼ਾਬਾਸ਼ ਹੁਣ ਅਸੀਂ ਸੈਂਕੜੇ ਵਾਲੇ ਅੰਕਾਂ ਦੀ ਘਟਾਓ ਕਰਾਂਗੇ ਅੰਕ 7 ਵਿੱਚੋਂ 4 ਬੱਚਿਓ ਹਜ਼ਾਰ ਵਾਲੇ ਅੰਕ ਯਾਨੀ ਕਿ 3 ਵਿੱਚੋਂ 6 ਨੂੰ ਘਟਾਵਾਂਗੇ ਪਰੰਤੂ ਫਿਰ ਇਸ ਵਿੱਚ ਉੱਪਰਲਾ ਅੰਕ ਹੇਠਲੇ ਅੰਕ ਨਾਲੋਂ ਛੋਟਾ ਹੈ ਹੁਣ ਤੁਸੀਂ ਦੱਸੋ ਕੀ ਕਰੋਗੇ ਸਰ ਜੀ ਅਸੀਂ ਹਾਸਲ ਲਵਾਂਗੇ ਅੱਛਾ ਤੇ ਫਿਰ ਇਹ ਤਾਂ ਦੱਸੋ ਵੀ ਉਹ ਹਾਸਲ ਕਿਸ ਤੋਂ ਲਵੋਗੇ ਸਰ ਜੀ ਅਸੀਂ 7 ਤੋਂ ਹਾਸਲ ਲਵਾਂਗੇ ਬਿਲਕੁਲ ਠੀਕ ਸ਼ਾਬਾਸ਼ ਹੁਣ ਅਸੀਂ 10,000 ਵਾਲੇ 7 ਤੋਂ 1 ਹਾਸਲ ਲਵਾਂਗੇ ਅਤੇ 1,000 ਵਾਲਾ ਅੰਕ 3 ਬਣ ਜਾਵੇਗਾ ਤੇਰਾ ਜੀ ਵਾਹ ਬਈ ਵਾਹ ਵਾਹ ਬਈ ਵਾਹ ਤੁਸੀਂ ਤਾਂ ਸਿੱਖ ਵੀ ਲਿਆ 3 ਦਾ ਬਣ ਗਿਆ 13 ਅਤੇ 7 ਦੀ ਥਾਂ ਤੇ ਰਹਿ ਗਿਆ 6 ਬੱਚਿਓ 13 ਵਿੱਚੋਂ 6 ਘਟਾ ਕੇ ਕੀ ਬਚਿਆ ਜੀ 7 ਬਿਲਕੁਲ ਠੀਕ ਬੱਚਿਓ ਹੁਣ ਅਸੀਂ 10,000 ਵਾਲੇ 6 ਵਿੱਚੋਂ 3 ਘਟਾਇਆ ਅਤੇ ਉੱਤਰ ਆ ਗਿਆ 3 ਬੱਚਿਓ ਤੁਹਾਨੂੰ ਜੋ